ਦੇ ਹਿੱਸੇ ਜਾ ਜੁੜਿਆ ਸੋਨੀ ਦਾ ਫਤਿਹਗੜ੍ਹ ਛੰਨਾ ਪਿੰਡ ਹੈ ਮੇਰੇ ਵੀਰ ਠੁੱਲੀ ਵਾਲ ਦੇ ਚਾਰ ਜਾਫੀ ਹੈ ਗੱਲ ਜੱਸੀ ਦੀ ਤੁਰੀ ਹੈ ਉਸ ਨੌਜਵਾਨ ਨੇ ਕਹਿੰਦੇ ਕੈਨੇਡਾ ਦੀ ਧਰਤੀ ਤੇ ਬਾਡੀ ਬਿਲਡਿੰਗ ਮੁਕਾਬਲਿਆਂ ਦੇ ਵਿੱਚ ਵੀ ਕਹਿੰਦੇ ਵੱਡਾ ਨਾਮ ਨਾ ਛੱਡਿਆ ਜੱਸੀ ਦਾ ਸਰੀਰ ਜਿਹੜਾ ਦੇਖਣ ਯੋਗ ਹੈ ਸੰਦੀਪ ਵਰਗੇ ਉਸ ਨਗਰ ਦੇ ਮਾਨ ਖਿਡਾਰੀ ਹੈ ਉਸੇ ਪਿੰਡ ਦਾ ਇਹ ਨੌਜਵਾਨ ਧਾਵੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਹੈ ਇਧਰ ਚਾਰ ਜਾਫੀਆਂ ਵਿੱਚੋਂ ਵੇਖਦਾ ਵੀ ਹੁਣ ਕਿਹੜਾ ਜਾਫੀ ਲੱਗ ਕੇ ਦਫਾ ਆਪਣੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜੇਗਾ ਇਧਰ ਤਰਨ ਜੋਧਾ ਹੈ ਬੋਟਾ ਛਾਪਾ ਜੀ ਕਹਿੰਦੇ 14 ਫਰਵਰੀ ਦੇ ਸੱਦੇ ਹੈ 9-11 ਤੇ ਰੂਟਾ ਵੀ ਇੰਟਰਵੈਸਟੇਟਰ ਤੇ ਜਾਫੀ ਤੋਂ ਦਿੱਤੇ ਜਾਣਗੇ ਤੇ ਇੱਕ ਟੂਰਨਾਮੈਂਟ ਦਾ ਬੈਸਟ ਪਲੇਅਰ ਜੋੜ ਕੇ ਉਹਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਜਿਹੜਾ ਖਿਡਾਰੀ ਪੂਰੇ ਟੂਰਨਾਮੈਂਟ ਦੇ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ ਉਹਨੂੰ ਰਾਏਕੋਟ ਦੇ ਵਿੱਚ ਸਪੈਸ਼ਲ ਤੌਰ ਤੇ ਮੋਟਰਸਾਈਕਲ ਦਿੱਤਾ ਜਾਵੇਗਾ ਲਓ ਗੱਲ ਅਗਲੇ ਸਾਲ ਦੀ ਤੇ ਇਧਰ ਅੱਜ ਦਾ ਟਾਈਮ ਕੋਠਾਰੇ ਦੇ ਵਿੱਚ ਕਹਿੰਦੇ ਵੱਡਾ ਇਕੱਠ ਹੈ ਤੇ ਦੁਨੀਆ ਕਹਿੰਦੇ ਦੂਰ ਦੂਰ ਤੋਂ ਪੁੱਜੀ ਹੋਈ ਹੈ ਅੱਜ ਫੋਰ ਟਰੈਕਟਰਾਂ ਦੇ ਫੈਸਲੇ ਹੋਣੇ ਆ ਸੁਖਮੰਦਰ ਨੌਜਵਾਨ ਜੰਗੀਆਣੇ ਦਾ ਆਪਣੀ ਟੀਮ ਦੇ ਉਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਉਧਰ ਕਬੱਡੀ ਮੇਰੀ ਜਿੰਦ ਜਾਨ ਵਾਲਾ ਮਹਿਮਦਪੁਰੀਆ ਸੁੱਖਾ ਜੈਲਦਾਰ ਸਾਡਾ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਸਨੀ ਗਿੱਲ ਮੋਹੀ ਉਹਨਾਂ ਦਾ ਕਬੱਡੀ ਮੇਰੀ ਜਿੰਦ ਜਾਨ ਪੇਜ ਬੜਾ ਫੇਮਸ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਗਿੱਧੀ ਕਬੱਡੀ ਪਾ ਰਿਹਾ ਦਿਰਬਾ ਤੇ ਕੌਂਕੇ ਕਲਾਂ ਦੀਆਂ ਟੀਮਾਂ ਪਹਿਲੇ ਸੈਮੀ ਫਾਈਨਲ ਦੇ ਲਈ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਦਿਰਬਾ ਤੇ ਕੌਂਕੇ ਪਹਿਲਾ ਸੈਮੀ ਫਾਈਨਲ ਲਲਤੋਂ ਵਾਲੇ ਬਿੱਲੇ ਦਾ ਹੈ ਦੋਨੀ ਕਠਾਰੇ ਦਾ ਹੈ ਚੀਮਾ ਬ੍ਰਦਰ ਪਿਰਤ ਦੇ ਕਹਿੰਦੇ ਗੌਰਵ ਦਾ ਬਹੁਤ ਬਹੁਤ ਧੰਨਵਾਦ ਹੈ ਥੋੜਾ ਟਾਈਮ ਪਹਿਲਾਂ ਆਪਾਂ ਤੇਜੀ ਨਿਜ਼ਾਮਪੁਰੀਏ ਦੇ ਲਈ ਪੈਸੇ ਇਕੱਠੇ ਕੀਤੇ ਸੀ ਆ ਰੇਡ ਪੈ ਲੈਣ ਦੇ ਵੀ ਉਹ ਕਿੰਨੇ ਪੈਸੇ ਆ ਵੀ ਤੁਹਾਨੂੰ ਦੱਸ ਦਿੰਦੇ ਹਾਂ ਲਓ ਇਸ ਲਈ ਪੈਂਦੀ ਹੋਈ ਕਬੱਡੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 70,000 ਰੁਪਇਆ ਜਿਹੜਾ ਤੇਜੀ ਦੇ ਲਈ ਇਕੱਠਾ ਹੋਇਆ ਤਾੜੀ ਮਾਰ ਲਓ ਆਪਣੇ ਆਪ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਤੇਜੀ ਵੱਲੋਂ ਤੇ ਸਮੁੱਚੇ ਕਬੱਡੀ ਜਗਤ ਵੱਲੋਂ ਸਾਡੇ ਵੱਲੋਂ ਜਿਨ੍ਹਾਂ ਵੀਰਾਂ ਨੇ ਤੇਜੀ ਨਿਜ਼ਾਮਪੁਰੀਏ ਦਾ 70,000 ਰੁਪਈਏ ਦੇ ਨਾਲ ਇਹ ਜਿਹੜਾ ਸਨਮਾਨ ਤੇ ਸ਼ਾਨਦਾਰ ਕੱਪ ਜਿਹੜਾ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਲੋਕ ਖੜਦੇ ਆ ਕਬੱਡੀ ਦੇ ਖਿਡਾਰੀ ਉਹਨਾਂ ਖੜਦੇ ਆ ਬਹੁਤ ਬਹੁਤ ਧੰਨਵਾਦ ਹੈ ਦਰਸ਼ਕਾਂ ਦਾ ਜਿਹੜੇ ਅੱਜ ਤੇਜੀ ਨਾਲ ਖੜੇ ਆ ਇੱਕ ਤਾੜੀ ਮਾਰ ਦਿਓ ਆਪਣੇ ਨਾਂ ਦੇ ਕਬੱਡੀ ਤੁਹਾਡੇ ਕਰਕੇ ਆ ਦਰਸ਼ਕ ਵੀਰਿਓ ਇੱਕ ਸੱਚੀ ਗੱਲ ਕਹਿਣਾ ਜੇ ਕਬੱਡੀ 'ਚ ਪੈਸਾ ਆਇਆ ਕਿ ਨਾ ਕਿਉਂਕਿ ਤੁਸੀਂ ਕਬੱਡੀ ਦੇਖਣ ਪਹੁੰਚਦੇ ਆ ਕਬੱਡੀ ਤੇ ਇਕੱਠ ਹੁੰਦਾ ਤਾਂਹੀਓ ਪੈਸਾ ਆਇਆ ਕਬੱਡੀ ਦੇ ਵਿੱਚ ਇਹ ਕੋਈ ਭੁੱਲ ਨਾ ਜਾਵੇ ਕੋਈ ਖਿਡਾਰੀ ਹੋਰ ਵੀ ਕੋਈ ਇਹ ਭੁੱਲ ਨਾ ਜਾਵੇ ਵੀ ਕਬੱਡੀ 'ਚ ਪੈਸਾ ਕਿਵੇਂ ਆ ਗਿਆ ਕਿਉਂਕਿ ਕਬੱਡੀ ਨੂੰ ਲੋਕ ਪਿਆਰ ਕਰਦੇ ਆ ਇਹ ਤੇ ਇਕੱਠ ਜੁੜਦਾ ਪੈਸਾ ਤਾਂ ਜਿਹੜਾ ਕਬੱਡੀ ਦੇ ਵਿੱਚ ਆਇਆ ਅੱਜ ਇਸ ਖਿਡਾਰੀ ਦੇ ਨਾਲ ਪ੍ਰਬੰਧਕੀ ਕਮੇਟੀ ਖੜੀ ਹੈ ਕੋਠਾਲੇ ਨਗਰ ਦੇ ਪ੍ਰਬੰਧਕ ਖੜੇ ਆ ਕਬੱਡੀ ਜਗਤ ਖੜੇ ਆ ਦਰਸ਼ਕ ਖੜੇ ਆ ਬਹੁਤ ਬਹੁਤ ਧੰਨਵਾਦ ਹੈ ਮੇਰੇ ਨਾਲ ਤੇਜੀ ਨਿਜ਼ਾਮਪੁਰੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਮੈਂ ਤੇ ਆਖਿਆ ਸੀ ਵੀ ਤੂੰ ਮਾਈਕ ਦੇ ਵਿੱਚ ਬੋਲ ਪਰ ਕਹਿੰਦਾ ਮੈਨੂੰ ਬੋਲਣਾ ਨਹੀਂ ਆਉਂਦਾ ਪਰ ਮੈਂ ਸਾਰਿਆਂ ਦਾ ਆਪਣੇ ਦਿਲ ਤੋਂ ਆਪਣੇ ਵੱਲੋਂ ਤੇ ਕਹਿੰਦਾ ਮੈਂ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਖੜੇ ਕਹਿੰਦਾ ਮਾੜੇ ਟਾਈਮ ਦੇ ਵਿੱਚ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹੌਸਲਾ ਨਹੀਂ ਹਾਰਨਾ ਹੌਸਲਾ ਨਹੀਂ ਹਾਰਨਾ ਇਹ ਲੋਕ ਹੈ ਜਿਹੜੇ ਤੇਰੇ ਨਾਲ ਹੈ ਅੱਜ ਵੀ ਨਾਲ ਹੈ ਆਉਣ ਵਾਲੇ 10 ਸਾਲਾਂ ਨੂੰ ਵੀ ਤੇਰੇ ਨਾਲ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਤੇਰੇ ਨਾਲ ਧੱਕਾ ਕੀਤਾ ਪ੍ਰਮਾਤਮਾ ਨੇ ਇਹੋ ਜਿਹਾ ਧੱਕਾ ਕਦੇ ਕਿਸੇ ਨਾਲ ਨਾ ਕਰੇ ਪ੍ਰਮਾਤਮਾ ਮੇਰੇ ਵੀਰਿਓ ਬਹੁਤ ਬਹੁਤ ਧੰਨਵਾਦ ਸਾਡੇ ਤੇਜੀ ਵੀਰ ਦਾ ਤੇ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਤੇਜੀ ਦਾ ਅੱਜ 70,000 ਰੁਪਈਏ ਦੇ ਨਾਲ ਸਨਮਾਨ ਕੀਤਾ ਹੈ ਆਓ ਖੇਡ ਮੈਦਾਨ ਦੇ ਵਿੱਚ ਆਪਾਂ ਆਨੰਦ ਮਾਣ ਰਹੇ ਇਸ ਚੱਲਦੇ ਹੋਏ ਮੈਚ ਦਾ ਕੌਂਕੇ ਵਰਸਿਜ ਦਿੜਬਾ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਕਿਉਂਕੇ ਵਰਸਿਜ ਦਿੜਬਾ ਦਾ ਪਹਿਲਾ ਸੈਮੀ ਫਾਈਨਲ ਮੈਚ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਨੌਜਵਾਨ ਗੱਭਰੂ ਗਿੰਦੀ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਤੇ ਸ਼ਹਿਣੇ ਪਿੰਡ ਦਾ ਘੱਦੀ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਇਸ ਵੇਲੇ ਗਿੰਦੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੋ ਬੇਨਤੀ ਕਰਦੇ ਹਾਂ ਸਾਡੇ ਕਲੱਬ ਦੇ ਮੈਂਬਰ ਸਾਹਿਬਾਨਾਂ ਨੂੰ ਤੇ ਸਾਡੇ ਬਹੁਤ ਹੀ ਸਹਿਯੋਗੀ ਸੱਜਣਾਂ ਨੂੰ ਕਿ ਅਸੀਂ ਸਟੇਜ ਤੇ ਬਹੁਤ ਚਿਰ ਦੇ ਬੈਠੇ ਹਾਂ ਸਵੇਰ ਦੇ ਕੰਮ ਕਰਦੇ ਹੁਣ ਸਾਨੂੰ ਵੀ ਮੈਚ ਦੇਖ ਲੈਣਾ ਸਾਡੇ ਸਾਹਮਣੇ ਨਾ ਖੜੇ ਹੋ ਬਹੁਤ ਜਗ੍ਹਾ ਆਪਣੇ ਕੋਲੇ ਬੈਠਣ ਦੇ ਲਈ ਕੁਰਸੀਆਂ ਲੱਗੀਆਂ ਹੋਈਆਂ ਨੇ ਅਸੀਂ ਵੀ ਮੈਚ ਦੇਖਣੇ ਨੇਗੇ ਜਿਹੜੇ ਮੇਰੇ ਵੀਰ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਫੇਰ ਦੁਬਾਰੇ ਪਿਊਰੇ ਭਰੇ ਹੋ ਜਾਓ ਪਲੀਜ਼ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕੌਂਕੇ ਤੇ ਦਿਰਬਾ ਦੋਨੋਂ ਟੀਮਾਂ ਪਲੀਜ਼ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ
ਕਿਉਂਕਿ ਤੇ ਡਿੜਪੇ ਦੀਆਂ ਟੀਮਾਂ ਲਓ ਸਾਹਮਣੇ ਇਸ ਵੇਲੇ ਗਿੱਦੀ ਠੁੱਲੀ ਵਾਲੀ ਹੈ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਚਾਰ ਜਾਫੀਆਂ ਵਿੱਚੋਂ ਵੇਖਦਾ ਵੀ ਗੁਰਪ੍ਰੀਤ ਹੈ ਮਨੀ ਧੂੜ ਵਾਲੇ ਦਾ ਇਸ਼ਾਰਾ ਹੋ ਚੁੱਕਿਆ ਵੀ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਇੱਧਰ ਫੌਜੀ ਠੇਕੇਦਾਰ ਹੈ ਭੈਣੀ ਵਾਲਾ ਫੌਜੀ ਠੇਕੇਦਾਰ ਤੇ ਮਨੀ ਧੂੜ ਇਸ ਵੇਲੇ ਕਹਿੰਦੇ ਫੈਸਲੇ ਕਰ ਰਹੇ ਹੈ ਇੱਧਰ ਕੌਰਾ ਹੈ ਤੇ ਗੱਲ ਜਲਾਲ ਪਿੰਡ ਵਾਲਾ ਕਰਦਾ ਹੋਇਆ ਚੱਲ ਵੀ ਕੌਰੇ ਕੀ ਕਹਿੰਦੇ ਬੱਸੀਆਂ ਦਾ ਕੌਰਾ ਸਰੀ ਜਾ ਵਸਿਆ ਮਹਾਨ ਕਬੱਡੀ ਖਿਡਾਰੀ ਹੈ ਪ੍ਰਦੀਪ ਉਹਨਾਂ ਦੇ ਨਾਲ ਕਹਿੰਦੇ ਲੀਲਾ ਵਾਲਿਆਂ ਦੇ ਨਾਲ ਯਾਰੀ ਹੈ ਉਸ ਨੌਜਵਾਨ ਦੀ ਪਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਹ ਆ ਨੌਜਵਾਨ ਸੇਲਵਰਾ ਪਿੰਡ ਦਾ ਕੌਰਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਦਿੜਬਾ ਵਰਸਿਸ ਕੌਂਕ ਕਲਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਫੱਕਰ ਝੰਡਾ ਤੇ ਇਹਨਾਂ ਦੇ ਵਿੱਚੋਂ ਜਿੱਤਣ ਵਾਲੀ ਟੀਮ ਦਾ ਦੂਜਾ ਸੈਮੀਫਾਈਨਲ ਖੇਡਿਆ ਜਾਊਗਾ ਤੇ ਪਹਿਲਾ ਸੈਮੀਫਾਈਨਲ ਦਿੜਬਾ ਤੇ ਕੌਂਕਿਆਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੇਰੇ ਵੀਰੋ ਖੇਡਿਆ ਜਾਣਾ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਕੱਦੀ ਸ਼ਹਿਣੇ ਵਾਲਾ ਹੈ ਤੇ ਦੂਜੇ ਪਾਸੇ ਠੁੱਲੀ ਵਾਲੀ ਆ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਵੱਡਾ ਇਕੱਠ ਹੈ ਕੁਠਾਲਾ ਪਿੰਡ ਹੈ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਜਿਸ ਪਿੰਡ ਦੇ ਵਿੱਚ ਪਹਿਲਾਂ ਵੀ ਅੱਜ ਤੋਂ 10 ਸਾਲ ਪਹਿਲਾਂ ਵੀ 61,000 ਦਾ ਨਾਮ ਰੱਖਿਆ ਗਿਆ ਸੀਗਾ ਜਦੋਂ 31-21 ਦੇ ਮੈਚ ਹੁੰਦੇ ਸੀ ਜਦੋਂ 61,000 ਰੁਪਇਆ ਨਾਮ ਰੱਖਿਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਲੱਗ ਗਿਆ ਜੱਫਾ ਅਸੀਂ ਬਹੁਤ ਹੀ ਧੰਨਵਾਦੀ ਹਾਂ ਚੇਅਰਮੈਨ ਜੱਗੀ ਝਨੇਰ ਜੀ ਤੇ ਡਾਕਟਰ ਨਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਮਨਦੀਪ ਸਿੰਘ ਜੀ ਖੁਰਦ ਹੋਰਾਂ ਵੱਲੋਂ ਜੋ ਮੈਡਮ ਫਰਜ਼ਾਨਾ ਦੇ ਕੋਟੇ ਦੇ ਵਿੱਚੋਂ 51,000 ਰੁਪਇਆ ਦੋਨਾਂ ਕਲੱਬਾਂ ਨੂੰ ਇਹ ਲੈ ਕੇ ਆਏ ਨੇ ਜੀ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਜੱਗੀ ਝਨੇਰ ਜੀ ਦਾ ਨਰਿੰਦਰ ਡਾਕਟਰ ਜੀ ਦਾ ਤੇ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾੜੀ ਠੋਕ ਕੇ ਮਾਰ ਦਿਓ ਹੌਸਲਾ ਵਧਾ ਦਿਓ ਇਸ ਨੌਜਵਾਨ ਦਾ ਔਰ ਇਹਨਾਂ ਨੌਜਵਾਨਾਂ ਦੇ ਲਈ ਇਹੀ ਬੇਨਤੀ ਹੈ ਵੀ ਇਹ ਨਸ਼ੇ ਪੱਤੇ ਤੋਂ ਦੂਰ ਹੋ ਕੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੁਰਾਕ ਖਾ ਕੇ ਘਰ ਦੀ ਮਿਹਨਤਾਂ ਕਰਕੇ ਕਬੱਡੀ ਖੇਡਣ ਤੇ ਆਉਣ ਵਾਲੀ ਜੋ ਪੰਜਾਬ ਦੀ ਕਰੀਮ ਕਬੱਡੀ ਦੀ ਉਹ ਇਦਾਂ ਹੀ ਕਹਿੰਦੇ ਲਾਂਗ ਟਾਈਮ ਖੇਡੇ ਲਓ ਸੁਖਮੰਦਰ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ ਕਬੱਡੀ ਖੇਡ ਪੰਜਾਬੀਆਂ ਦੀ ਤੇ ਵੱਡਾ ਇਹਦਾ ਨਜ਼ਾਰਾ ਹੈ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ ਮੇਰੇ ਵੀਰੋ ਇਧਰ ਨੌਜਵਾਨ ਧਾਵੀ ਮਾਰਦਾ ਪੱਟਾ ਤੇ ਥਾਪੀਆਂ ਧਾਵਾ ਬੋਲ ਰਿਹਾ ਇਧਰ ਕਬੱਡੀ ਦੇ ਅਨੇਕਾਂ ਸਟਾਰ ਜਿਹੜੇ ਅੱਜ ਇਸ ਕਬੱਡੀ ਕੱਪ ਦੇ ਹੋਇਆ ਮਾਨਕ ਜੋਧਾ ਵਾਲਾ ਵੀ ਪੁੱਜਿਆ ਗੁਰਮਾ ਵਾਲਾ ਭਾਊ ਹੈ ਪ੍ਰਦੀਪ ਧਵਾਰ ਉਹਨਾਂ ਦੇ ਨਾਲ ਕਹਿੰਦੇ ਗਾਢੀਆਂ ਯਾਰੀਆਂ ਨਾਲ ਜੋਧਾ ਪਿੰਡ ਹੈ ਤਰਨੋੜੀ ਸਾਡੇ ਵੀ ਪਿੱਛੇ ਤਾਂ ਉੱਤੇ ਆਏ ਬਹੁਤ ਹੀ ਤੁਹਾਡਾ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਜੱਫੇ ਲਾ ਕੇ ਰੇਡਾਂ ਪਾ ਕੇ ਸਾਡੇ ਦਰਸ਼ਕਾਂ ਦਾ ਮਨ ਮੋਹ ਰਹੇ ਹੋ ਐਸੇ ਤਰ੍ਹਾਂ ਹੀ ਸਾਨੂੰ ਜੱਫੇ ਦਿਖਾਓ ਇਹ ਦਰਸ਼ਕਾਂ ਦਾ ਸਾਰਿਆਂ ਨੇ ਰਲ ਕੇ ਤੁਹਾਨੂੰ ਇਨਾਮ ਇਕੱਠੇ ਕਰੇ ਨੇ ਇਹਨਾਂ ਦਰਸ਼ਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਗਲੀ ਟੀਮ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਮੇਂ ਨਾਲ ਗਰਾਊਂਡ ਆ ਜਾਵੇ ਵੇਟ ਨਾ ਕਰਨੀ ਪਵੇ ਸਾਡੇ ਪ੍ਰਬੰਧ ਕੀਤੇ ਹੋਏ ਦਰਸ਼ਕਾਂ ਨੇ ਉਹ ਵੀ ਤੋੜ ਦਿੱਤੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ ਇੱਕ ਹੜ ਦੇ ਰੂਪ ਦੇ ਵਿੱਚ ਸਾਡੇ ਪਿੰਡ ਕੁਠਾਲਾ ਦੇ ਵਿੱਚ ਤਸ਼ਰੀਫ ਲਿਆਂਦੀ ਆ ਤੁਹਾਡੇ ਜੋਹਰ ਦੇਖਣ ਲਈ ਇਹ ਆਏ ਨੇ ਅਸੀਂ ਵੀ ਬਹੁਤ ਆਪਣੇ ਤਨੋ ਮਨੋ ਪ੍ਰਬੰਧ ਕਰਿਆ ਦਰਸ਼ਕ ਵੀਰਾਂ ਨੂੰ ਬੈਠਣ ਲਈ ਤੇ ਸਾਰੇ ਵੀਰਾਂ ਦਾ ਧੰਨਵਾਦ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਅਗਲੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ ਦੀ ਕਿਰਪਾ ਕਰਨ ਦੋਨੋਂ ਟੀਮਾਂ ਦਿੜਬਾ ਤੇ ਕੌਂਕੇ ਵਾਹ ਗਿੰਦੀ ਨੌਜਵਾਨ ਹੈ ਮੁੰਡੇ ਨੇ ਕਹਿੰਦੇ ਹਨ ਕਮਾਲ ਦੀਆਂ ਕਬੱਡੀਆਂ ਜਿਹੜੀਆਂ ਪਾ ਦਿੱਤੀਆਂ ਹੁਣ ਤੱਕ ਦਾ ਇਸ ਮੇਲੇ ਦਾ ਹੀਰੋ ਇਹ ਗਿੰਦੀ ਨੌਜਵਾਨ ਹੈ ਜਿਸ ਗੱਭਰੂ ਨੇ ਅਣਥੱਕ ਹੋ ਕੇ ਕਬੱਡੀਆਂ ਪਾਈਆਂ ਆ ਜਿਹੜੇ ਠੁੱਲੀ ਵਾਲੀਏ ਖੇਡਦੇ ਨਹੀਂ ਉਹ ਬੈਠ ਜਾਓ ਹੱਥ ਬੰਨ ਕੇ ਬੇਨਤੀ ਹੈ ਜਿਹਨਾਂ ਰੇਡਾਂ ਨਹੀਂ ਪਾਉਣੀਆਂ ਪਲੀਜ਼ ਉਹ ਪਲੀਜ਼ ਬਾਹਰਲੀ ਸਾਈਡ ਹੋ ਕੇ ਬੈਠ ਜਾਓ ਕਿਉਂਕਿ ਇਹਨਾਂ ਲੋਕਾਂ ਨੂੰ ਪਿੱਛੇ ਦੇਦਾ ਨਹੀਂ ਹੱਥ ਬੰਨ ਕੇ ਬੇਨਤੀ ਹੈ ਪਲੀਜ਼ ਬੈਠ ਜਾਓ ਬਜ਼ੁਰਗ ਸਾਡੇ ਬਾਬਾ ਜੀ ਕਹਿੰਦੇ ਕਾਕਾ ਸਿੰਘ ਜੀ ਕੈਨੇਡਾ ਵਾਲਿਆਂ ਵੱਲੋਂ ਇਸ ਜਾਫੀ ਸਿੱਖ ਸਰਦਾਰ ਦੇ ਲਈ 100 ਰੁਪਏ ਦੇ ਜਿਹੜੇ ਮਾਨ ਸਨਮਾਨ ਪੁੱਜੇ ਹੈ ਇਹਨਾਂ ਦੇ ਸਾਥੀ ਖਿਡਾਰੀ ਪ੍ਰਾਪਤ ਕਰ ਲੈਣ ਉਧਰ ਲੱਗਦਾ ਹੋਇਆ ਜੱਫਾ ਮੇਰੇ ਵੀਰੋ ਲੈ ਵੀ ਨੌਜਵਾਨ ਹੈ ਉਸ ਜਾਫੀ ਦੇ ਮਾਇਆ ਦੇ ਜੱਫੇ ਹੈ ਇਧਰ ਜੱਗੀ ਆਣੇ ਦਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਦਿੜਬਾ ਤੇ ਕੌਂਕੇ ਦੋਨੋਂ ਟੀਮਾਂ ਪਲੀਜ਼ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਲਓ ਦਿੜਬਾ ਤੇ ਕੌਂਕੇ ਦੀਆਂ ਟੀਮਾਂ ਨੂੰ ਵੀ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪਹੁੰਚ ਜਾਣ ਕਰਸੋ ਕਹਿੰਦੇ 31 ਤਰੀਕ ਆਉਣੀ ਆ ਰੌਂਤੇ ਦੇ ਕਬੱਡੀ ਕੱਪ ਦੀ ਜਿਸ ਕਬੱਡੀ ਕੱਪ ਤੇ ਕਹਿੰਦੇ ਨੌਜਵਾਨ ਸੰਦੀਪ ਕੁਰੜ ਵਾਲੇ ਨੂੰ ਅਲਟੋ ਗੱਡੀ ਦੇ ਜਿਹੜੇ ਮਾਨ ਸਨਮਾਨ ਹੈ ਕਬੱਡੀ ਦੇ ਮਹਾਨ ਬੁਲਾਰੇ ਨੂੰ ਦਿੱਤੇ ਜਾਣਗੇ ਸੰਦੀਪ ਕੁਰੜ ਦਾ ਵੀ ਕਹਿੰਦੇ ਅਲਟੋ ਕਾਰ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਲਓ ਵੇਖੋ
ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਅਗਲੀ ਰੇਡ ਮੇਰੇ ਵੀਰੋ ਗਿੰਦੀ ਨੌਜਵਾਨ ਪਾਉਣ ਦੇ ਲਈ ਵਾਧਾ ਹੋਇਆ ਉਧਰ ਕਮਲ ਲਾਂਗੜੀਆਂ ਵਾਲਾ ਉਹ ਵੀ ਪੁੱਜਾ ਹੋਇਆ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਲਾਂਗੜੀਆਂ ਦੀ ਗੱਲ ਹੁੰਦੀ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਜੋ ਸਾਡੇ ਜੱਗੀ ਚਨੇਰ ਜੀ ਹੁਣ ਲੈ ਕੇ ਆਏ ਨੇ 51,000 ਰੁਪਈਆ ਉਹ ਸਾਡਾ ਬਾਬਾ ਜੋਗੀ ਪੀਰ ਕਲੱਬ ਕਬੱਡੀ ਕਲੱਬ ਤੇ ਆਪਾਂ ਹਾਕੀ ਕਲੱਬ ਦੋਨਾਂ ਕਲੱਬਾਂ ਨੂੰ ਆ ਜੀ ਕਿਤੇ ਕੋਈ ਭੁਲੇਖਾ ਨਾ ਰਹੇ ਅਸੀਂ ਇਹ ਭੁਲੇਖਾ ਕੱਢਣਾ ਚਾਹੁੰਦੇ ਹਾਂ ਹਾਕੀ ਤੇ ਕਬੱਡੀ ਕਲੱਬ ਬਾਬਾ ਜੋਗੀ ਪੀਰ ਲਈ ਇਹ ਗ੍ਰਾਂਟ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਧਰ ਸੁਲਤਾਨ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਉਹ ਵੀ ਨੌਜਵਾਨ ਕਹਿੰਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨਦੀਮ ਅਨਵਾਰ ਖਾਂ ਮੈਂਬਰ ਵਕਫ ਬੋਰਡ ਸਾਡੇ ਇਸ ਖੇਡ ਮੇਲੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹੋਏ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ ਹੈ ਨਦੀਮ ਅਨਵਾਰ ਖਾਂ ਮੈਂਬਰ ਵਕਫ ਬੋਰਡ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀਆਂ ਪੁੱਜੀਆਂ ਹੋਈਆਂ ਸ਼ਖਸੀਅਤਾਂ ਦਾ ਇਧਰ ਕਹਿੰਦੇ ਸੋਨੀ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਹਰ ਜਾਫੀ ਦਾ ਜੱਫਾ ਮਾਰ ਦੋ ਤਾੜੀਆਂ ਦਰਸ਼ਕ ਵੀਰੋ ਆਹ ਖਿਡਾਰੀ ਦਾ ਕਹਿੰਦੇ 1996 ਦਾ ਬਰਥ ਹੈ ਮੇਰੇ ਵੀਰੋ ਛੋਟੀ ਉਮਰ ਹੈ ਕਹਿੰਦੇ ਇਸ ਨੌਜਵਾਨ ਦੀ 18 ਕੁ ਸਾਲਾਂ ਦੀ ਉਮਰ ਦਾ ਖਿਡਾਰੀ ਇਸ ਵੇਲੇ ਗਿੰਦੀ ਠੁੱਲੀ ਵਾਲੀ ਹੈ ਕਬੱਡੀ ਪਾ ਰਿਹਾ ਅਗਲਾ ਜਿਹੜਾ ਮੈਚ ਹੋਣਾ ਹੈ ਦੋਨੋਂ ਪਾਸੇ ਕਹਿੰਦੇ ਦਿਮਾਗੀ ਜਾਫੀਆਂ ਦਾ ਮੈਚ ਹੋਣਾ ਜਿਵੇਂ ਆਹ ਮੈਚ ਦੇ ਵਿੱਚ ਜੱਫੇ ਵੱਧ ਲੱਗੇ ਹੈ ਤੇ ਅਗਲੇ ਮੈਚ ਦੇ ਵਿੱਚ ਵੀ ਜਿਹੜੇ ਜੱਫੇ ਉਹ ਵੇਖਣ ਯੋਗ ਹੋਣਗੇ ਕੌਂਕਿਆਂ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਦਿੜਵੇ ਦੀ ਟੀਮ ਨੂੰ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪਹੁੰਚੋ ਜਿਹੜੇ ਦਰਸ਼ਕ ਉਹ ਮੈਚ ਤਾਵਲੇ ਇੱਕ ਵਾਰੀ ਤਾੜੀ ਮਾਰ ਕੇ ਜ਼ਰੂਰ ਦੱਸਿਓ ਦਿੜਵਾ ਤੇ ਕੌਂਕਿਆਂ ਦਾ ਕਹਿੰਦੇ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਪਰ ਆਇਆ ਗਾਂਧੀ ਨੌਜਵਾਨ ਗੱਭਰੂ ਠੁੱਲੀ ਵਾਲੀ ਆ ਤੇ ਸੁਖਮੰਦਰ ਜੰਗੀਆਂ ਨੇ ਪਿੰਡ ਦਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਕੌਂਕੇ ਤੇ ਦਿੜਵਾ ਦਿੜਵਾ ਦੀ ਟੀਮ ਆਏ ਤਾਂ ਗਰਾਊਂਡ ਦੇ ਵਿੱਚ ਨਹੀਂ ਆਈ ਕੌਂਕਿਆਂ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੀ ਹੋਈ ਹੈ ਦਿੜਵਾ ਦੀ ਟੀਮ ਨੂੰ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪਹੁੰਚ ਜਾਵੇ ਇਧਰ ਦਿਲਵਰ ਚਨੇਰ ਕਬੱਡੀ ਦਾ ਮਹਾਨ ਧਾਵੀ ਜਿਹਦੀ ਜੋੜੀ ਕਹਿੰਦੇ ਕੋਰਟ ਦੇ ਫੌਜੀ ਦੇ ਨਾਲ ਪ੍ਰਸਿੱਧ ਹੋਈ ਹੈ ਪੰਜਾਬ ਦੇ ਮੇਲਿਆਂ ਦੇ ਵਿੱਚ ਮੇਰੇ ਵੀਰੋ ਲੈ ਵੀ ਬਾਈ ਦਿਲਵਰ ਉਦੋਂ ਤੁਹਾਡਾ ਸਮਾਂ ਸੀ ਅੱਜ ਇਹਨਾਂ ਨੌਜਵਾਨਾਂ ਦਾ ਸਮਾਂ ਇੱਧਰ ਸਾਡੇ ਫੌਜੀ ਜੀ ਮੇਰੇ ਵੀਰੋ ਖੁਰਦ ਵਾਲੇ ਇਹ ਵੀ ਆਪਣੇ ਪਿੰਡ ਦੇ ਵਿੱਚ ਵੱਡਾ ਟੂਰਨਾਮੈਂਟ ਕਰਵਾਉਂਦੇ ਆ ਇਧਰ ਬੂਟਾ ਛਾਪਾ ਜੀ ਰਾਏਕੋਟ ਦੀ ਯੰਗ ਕਬੱਡੀ ਕਲੱਬ ਜਿਹਨੇ ਕਹਿੰਦੇ ਪਿਰਤ ਪਾਈ ਪੰਜਾਬ ਦੇ ਵਿੱਚ ਟਰੈਕਟਰ ਰੱਖਣ ਦੀ ਤੇ ਅੱਜ ਲਾਸਟ ਜਿਹੜਾ ਮੇਲਾ ਹੋ ਰਿਹਾ ਕੋਠਾਲੇ ਦੇ ਵਿੱਚ ਮੇਰੇ ਵੀਰੋ ਟਰੈਕਟਰਾਂ ਵਾਲਾ ਤੇ ਅੱਜ ਵੇਖਦਾ ਵੀ ਟਰੈਕਟਰ ਕੌਣ ਜਿੱਤ ਕੇ ਲੈ ਕੇ ਜਾਂਦਾ ਹੈ ਰਾਏਕੋਟ ਦੇ ਵਿੱਚ ਉਹ ਕਹਿੰਦੇ ਗੱਗੀ ਖੀਰਾਂ ਵਾਲੀਆਂ ਨੇ ਤੇ ਖੁਸ਼ੀ ਨੇ ਟਰੈਕਟਰ ਜਿੱਤਿਆ ਫਿਰ ਸੈਦੋਕੇ ਦੇ ਵਿੱਚੋਂ ਮੇਰੇ ਵੀਰੋ ਨੱਟੂ ਦੇ ਸੈਦੋਕੇ ਵਾਲੇ ਨੇ ਤੇ ਕਹਿੰਦੇ ਸਿਕੰਦਰ ਮਾੜੀ ਨੇ ਜਿੱਤਿਆ ਟਰੈਕਟਰ ਫਿਰ ਕਹਿੰਦੇ ਪਾਲੀ ਸਰਪੰਚ ਉਹਨਾਂ ਦੇ ਕਬੱਡੀ ਕੱਪ ਦੇ ਵਿੱਚੋਂ ਗੋਪਾਲ ਪ੍ਰੀਏ ਨੰਨੀ ਨੇ ਤੇ ਜਲਾਲ ਪ੍ਰੀਏ ਪਾਲੇ ਨੇ ਟਰੈਕਟਰ ਜਿੱਤਿਆ ਤੇ ਫਿਰ ਬੱਦੋਵਾਲ ਦੇ ਵਿੱਚੋਂ ਕਹਿੰਦੇ ਮੰਗੀ ਬੱਗਿਆਂ ਵਾਲਾ ਤੇ ਗੁਰਵਿੰਦਰ ਭਲਵਾਨ ਸਾਂਝੇ ਤੌਰ ਤੇ ਰਹੇ ਤੇ ਦੁੱਲਾ ਬੱਗਿਆਂ ਵਾਲਾ ਤੇ ਨੌਜਵਾਨ ਮੱਖਣ ਮੱਖੀ ਕਿਲਾਂ ਵਾਲਾ ਸਾਂਝੇ ਤੌਰ ਤੇ ਜਿਹੜੇ ਚਾਰ ਖਿਡਾਰੀ ਬੈਸਟ ਲਾਨੇ ਗਏ ਸਨ ਸੋਨਾਲੀਕਾ ਟਰੈਕਟਰ ਦਿੱਤੇ ਗਏ ਪਰ ਅੱਜ ਕਹਿੰਦੇ 3600 ਫੋੜ ਦਿੱਤਾ ਜਾਣਾ ਹੈ ਲਓ ਮੇਰੇ ਵੀਰੋ ਇਸ ਵੇਲੇ ਆ ਬੇਟਰ ਵੀਰਾਂ ਨੂੰ ਬੇਨਤੀ ਹੈ ਕਿ ਉੱਪਰ ਸਾਡੇ ਮਹਿਮਾਨ ਪਹੁੰਚੇ ਨੇ ਉਹਨਾਂ ਲਈ ਚਾਹ ਲੈ ਕੇ ਆਓ ਜੀ ਪਾਣੀ ਲੈ ਕੇ ਆਓ ਕਿਰਪਾ ਕਰੋ ਇੰਨੀ ਕੁ ਸਾਡੇ ਇਹ ਹੈ ਗੱਗੀ ਗੱਗੀ ਦਾ ਜੱਫਾ ਹੈ ਠੂਲੀ ਵਾਲ ਦੀ ਟੀਮ ਸਾਡੇ ਵਿੱਚ ਕਰਮ ਸਿੰਘ ਜੀ ਕੇਐਸ ਗਰੁੱਪ ਦੇ ਜੋ ਐਮਡੀ ਨੇ ਉਹ ਪਹੁੰਚੇ ਨੇ ਉਹ ਕਿਤੇ ਬਾਹਰ ਖੜੇ ਨੇ ਸਾਡੇ ਵਲੰਟੀਅਰ ਉਹਨਾਂ ਨੂੰ ਦੇਖ ਕੇ ਆ ਗਏ ਨਹੀਂ ਮਿਲੇ ਉਹ ਕਿਰਪਾ ਕਰਕੇ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਜੀ ਕਰਮ ਸਿੰਘ ਜੀ ਕੇਐਸ ਗਰੁੱਪ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮੇਰੇ ਵੀਰੋ ਸੋਨੀ ਇਹ ਫਤਿਹਗੜ੍ਹ ਛੰਨਾ ਪਿੰਡ ਦਾ ਗੱਭਰੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚਾਰ ਜਾਫੀ ਨੌਜਵਾਨ ਗੱਗੀ ਵਰਗੇ ਗਾਂਧੀ ਵਰਗੇ ਹੁਣ ਚਾਰਾਂ ਦੇ ਵਿੱਚੋਂ ਵੇਖਦਾ ਵੀ ਕੌਣ ਇਸ ਗੱਭਰੂ ਨੂੰ ਡੱਕੂ ਮੇਰੇ ਵੀਰੋ ਇਹ ਸਮੇਂ ਦੀ ਗੱਲ ਹੋਣੀ ਹੈ ਮੈਚ ਸਮਾਪਤ ਕਿਹੜੀ ਟੀਮ ਜੇਤੂ ਹੈ ਜੀ ਜੰਗੀਆਣੇ ਦੀ ਟੀਮ ਜੇਤੂ ਰਹੀ ਹੈ ਜੰਗੀਆਣੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਹੁਣ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਦਿੜਵੇ ਦਾ ਤੇ ਕੌਂਕਿਆਂ ਦਾ ਸੈਮੀ ਫਾਈਨਲ 30 ਨੰਬਰਾਂ ਦਾ ਹੋਊਗਾ ਜੰਗੀਆਣੇ ਦਾ ਤੇ ਫੱਕਰ ਝੰਡੇ ਦਾ ਦੂਜਾ ਸੈਮੀ ਫਾਈਨਲ 30 ਨੰਬਰਾਂ ਦਾ ਹੋਊਗਾ
ਜਿਹੜੇ ਗੋਗਿਆਂ ਦੀ ਟੀਮ ਨੂੰ ਪਿਆਰ ਕਰਦੇ ਦਰਸ਼ਕ ਤਾੜੀ ਮਾਰ ਕੇ ਦੱਸਣਗੇ ਬਈ ਭਮਾ ਦੀ। ਹਾਂਜੀ ਇਹ ਵੀਰ ਜੀ ਅਗਲੀਆਂ ਜੋ ਟੀਮਾਂ ਪਹੁੰਚਣੀਆਂ ਨੇ ਉਹਨਾਂ ਨੂੰ ਲਾਈਨ ਅਪ ਕਰਵਾਉਣਾ, ਲਾਈਨ ਅਪ ਕਰਵਾ ਕੇ ਸਾਡੇ ਮਹਿਮਾਨ ਬੈਠੇ ਨੇ, ਅਸੀਂ ਜਾਣ ਪਹਿਚਾਣ ਕਰਾਉਣੀ ਆ ਉਹਨਾਂ ਦੀ। ਪ੍ਰਬੰਧਕ ਦੋਨੋਂ ਟੀਮਾਂ ਦੇ ਗਰਾਊਂਡ ਸੋਰੀ ਸਾਡੇ ਮੇਲੇ ਦੇ ਟੂਰਨਾਮੈਂਟ ਦੇ ਪ੍ਰਬੰਧਕ ਗਰਾਊਂਡ 'ਚ ਆ ਜਾਣ ਜੀ। ਆ ਗਏ ਜੀ ਪ੍ਰਧਾਨ ਸਾਹਿਬ, ਗੁਟਕਾ ਸਾਹਿਬ ਸਾਡੇ ਖਾਲਸਾ ਜੀ ਲੈ ਆਏ ਆ। ਇਧਰ ਪੱਪੂ ਰਾਮ ਨਾ ਬੋਲ ਸਕਦਾ ਤੇ ਨਾ ਸੁਣ ਸਕਦਾ, ਜਸਵੀਰ ਸਿੰਘ ਜੀ ਦਿਓਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਤੇ ਹਾਕਮ ਸਿੰਘ ਜੀ ਚੱਕ ਜੋ ਸਾਡੇ ਫਰਜ਼ਾਨਾ ਆਲਮ ਜੀ ਦੇ ਪੀ ਏ ਸਾਹਿਬ ਨੇ ਉਹ ਵੀ ਉਹਨਾਂ ਦੇ ਨਾਲ ਨੇ, ਉਹ ਸਾਡੇ ਵਿੱਚ ਤਸ਼ਰੀਫ ਲੈ ਕੇ ਆਏ ਨੇ। ਵਲੰਟੀਅਰ ਭਰਾਵਾਂ ਨੂੰ ਬੇਨਤੀ ਆ ਕਿ ਉਹ ਲੈ ਕੇ ਆਉਣ ਜੀ ਉਹਨਾਂ ਨੂੰ। ਹੈਲੋ ਸਪਰੇ ਪਲੀਜ਼ ਮੂਵ ਸਪਰੇ ਗਰਾਊਂਡ 'ਚ ਪਹੁੰਚ ਜੀ ਕਰੋ। ਦੋਨੋਂ ਟੀਮਾਂ ਦੇ ਖਿਡਾਰੀ ਇਸ ਮਾਈਕ ਦੇ ਵਿੱਚ ਸਹੁੰ ਪਾਉਣਗੇ। ਪ੍ਰਬੰਧਕਾਂ ਨੇ ਫੈਸਲਾ ਕੀਤਾ ਵੀ ਸਹੁੰ ਪਾ ਕੇ ਜਿਹੜੇ ਮੈਚ ਕਰਵਾਏ ਜਾਣਗੇ। ਜੇ ਦਰਸ਼ਕਾਂ ਨੂੰ ਇਹ ਲੱਗਿਆ ਵੀ ਮੈਚ ਰਲ ਕੇ ਫਿਰ ਵੀ ਖੇਡ ਗਏ ਤੁਸੀਂ ਰੌਲਾ ਪਾ ਦਿਓ, ਪ੍ਰਬੰਧਕ ਕਹਿੰਦੇ ਅਸੀਂ ਟੂਰਨਾਮੈਂਟ ਹੀ ਕੈਂਸਲ ਕਰ ਦਿਆਂਗੇ। ਆਓ ਜੀ ਪ੍ਰਦੀਪ ਜੀ ਇਹ ਮਾਈਕ ਤੁਸੀਂ ਲੈ ਲਓ ਖਾਲਸਾ ਜੀ। ਬੌਂਸਰ ਵੀਰਾਂ ਨੂੰ ਬੇਨਤੀ ਆ ਕਿ ਦੋ ਜਾਣੇ ਗਰਾਊਂਡ ਵਿੱਚ ਆਉਣ ਜੀ। ਬੌਂਸਰ ਵੀਰਾਂ ਨੂੰ ਬੇਨਤੀ ਆ ਦੋ ਜਾਣੇ ਗਰਾਊਂਡ ਵਿੱਚ ਆਉਣ। ਬੌਂਸਰ ਵੀਰਾਂ ਨੂੰ ਬੇਨਤੀ ਆ ਕਿ ਗਰਾਊਂਡ ਵਿੱਚ ਆਉਣ, ਜਾਲ ਵਾਲਾ ਵੀ ਵੀਰ ਗਰਾਊਂਡ ਵਿੱਚ ਆਵੇ। ਇੱਧਰ ਖੱਬੇ ਹੱਥ ਬੌਂਸਰ ਵੀਰਾਂ ਨੂੰ ਬੇਨਤੀ ਆ ਕਿ ਗਰਾਊਂਡ ਵਿੱਚ ਆਉਣ। ਹਾਂਜੀ ਦੋਨੇ ਟੀਮਾਂ ਆਪਣੀਆਂ ਢੇਰੀਆਂ ਕੋਲ ਆ ਜਾਣ। ਦੋਨੇ ਟੀਮਾਂ ਨੇ ਮਗਰ ਬੋਲ ਕੇ ਸਹੁੰ ਚੁੱਕਣੀਆਂ, ਮੂੰਹ ਦੇ ਵਿੱਚ ਕਿਸੇ ਨੇ ਵੀ ਕੋਈ ਗੱਲ ਨਹੀਂ ਕਰਨੀ। ਜਿਵੇਂ ਮੈਂ ਬੋਲੂ ਮੇਰੇ ਮਗਰ ਬੋਲਣਾ ਪਊ ਓਕਣੀ। ਦੋਨੇ ਟੀਮਾਂ ਢੇਰੀਆਂ ਕੋਲ ਆ ਜਾਣ, ਮੇਰੇ ਮਗਰ ਮਗਰ ਬੋਲ ਕੇ ਸਹੁੰ ਚੁੱਕਣੀ ਆ ਜੀ ਦੋਨਾਂ ਟੀਮਾਂ ਨੇ। ਆ ਜਾਓ ਜੀ ਢੇਰੀਆਂ ਕੋਲ। ਦਿੜਪੇ ਵਾਲਾ ਪਲੇਅਰ ਆ ਗਿਆ ਜੀ, ਦੂਜੇ ਵੀ ਨੇੜੇ ਆ। ਮੇਨ ਪਲੇਅਰ ਪ੍ਰਦੀਪ ਜੀ ਇਹੀ ਆ ਸੋਨੀ ਢੋਡੇ, ਇਹਦਾ ਤਾਂ ਬਾਈ ਦਾ ਸਨਮਾਨ ਵੀ ਆ, ਇਹਦਾ ਆਪਦਾ ਟੂਰਨਾਮੈਂਟ ਵੀ ਆ। ਦੂਜਾ ਵੀ ਆਵੋ ਭਾਈ ਮੇਰੇ ਮਾ, ਹੱਥ ਧਰੋ ਵੀਰ ਜੀ ਇਹਦੇ ਉੱਤੇ, ਐਂ ਕਰ ਲਓ ਉੱਪਰ ਹੱਥ ਕਰ ਲਓ ਵੀਰ ਜੀ, ਐ ਦੂਰੋਂ ਤਾਂ ਫਿਰ ਕੋਈ ਫਰਕ ਹੀ ਨਹੀਂ ਰਿਹਾ। ਆ ਜਾਓ ਵੀਰ ਜੀ, ਵੀਰੇ ਆ ਜਾਓ ਵੀਰ ਜੀ, ਮੇਰੇ ਮਗਰ ਬੋਲੋ ਵੀਰੇ। ਮੈਂ ਦਿੜਬਾ ਪਿੰਡ ਬੋਲੋ ਵੀਰੇ, ਦਿੜਬਾ ਪਿੰਡ ਦੇ ਸਾਰੀ ਟੀਮ ਬਈ ਗੁਟਕਾ ਸਾਹਿਬ ਦੀ ਸਹੁੰ ਲੱਗੇ ਜੇ ਸਾਡਾ ਮੈਚ ਹੋਇਆ ਹੋਵੇ, ਦਿੜਬਾ ਪਿੰਡ ਤੇ ਕੌਂਕੇ ਦਾ ਸਾਡਾ ਮਾੜਾ ਜਿਹਾ ਮੈਚ ਹੋਇਆ ਹੋਵੇ, ਠੀਕ ਆ ਸਾਨੂੰ ਸਹੁੰ, ਸਾਨੂੰ ਸਹੁੰ ਲੱਗੇ ਸਾਡਾ ਮੈਚ ਲੱਗੂਗਾ, ਕੋਈ ਸਾਂਝਾ ਨਹੀਂ ਹੋਏਗਾ। ਠੀਕ ਆ ਵੀਰੇ, ਹੁਣ ਪਰਮਾਤਮਾ ਦੇਖਦਾ ਗਾ, ਪਰ ਇਦੂ ਉੱਪਰ ਦੀ ਕੁਛ ਨੀ, ਹੁਣ ਪਰਮਾਤਮਾ ਦੇਖ ਰਿਹਾ ਗਾ। ਪਰ ਜੇ ਕਬੱਡੀ ਅੱਜ ਇੰਨਾ ਘਟਿਆ ਤਾਂ ਸਾਨੂੰ ਦੱਸ ਸਕਦੇ ਹੋਗੇ, ਚੱਕ ਹੋਇਆ ਤਾਂ ਸਾਨੂੰ ਦੱਸ ਸਕਦੇ ਹੋ। ਇਹ ਪ੍ਰਬੰਧਕਾਂ ਦੀ ਮਜਬੂਰੀ ਬਣ ਗਈ, ਪਰ ਆਹ ਚੀਜ਼ ਇੰਨਾ ਨਾਮ ਰੱਖ ਕੇ ਨਹੀਂ ਚਾਹੀਦੀ, ਇਹ ਮਜਬੂਰੀ ਬਣ ਗਈ ਕਿਉਂਕਿ ਜਿਹਨੇ ਪੈਸੇ ਲਾਏ ਆ ਉਹ ਸਵਾਦ ਵੀ ਲੈਣਾ ਉਹਨਾਂ ਨੇ, ਕਿਉਂਕਿ ਇਹਨਾਂ ਨੇ ਵੀ ਜਿਹੜੇ ਪ੍ਰਬੰਧਕ ਹੁੰਦੇ ਕਹਿੰਦੇ ਸੱਚੀ ਗੱਲ ਆ, ਉਹਨਾਂ ਨੂੰ ਗਾਲਾਂ ਵੀ ਖਾਣੀਆਂ ਪੈਂਦੀਆਂ। ਪੈਸੇ ਲੋਕੀ ਸੌਖੇ ਨਹੀਂ ਦਿੰਦੇ, ਬਹੁਤ ਇਕੱਠੇ ਕਰਨੇ ਔਖੇ ਹੈ। ਮੂੰਹ ਸਪਰੇ ਇੱਥੇ ਗਰਾਊਂਡ ਜੀ ਹੈ ਵੀਰੇ, ਉਹ ਖਾਲਸਾ ਜੀ ਉਹਨਾਂ ਤੋਂ ਪ੍ਰਾਪਤ ਕਰ ਲਓ, ਜਿਹਦੀ ਕੋਈ ਡਿਊਟੀ ਨਹੀਂ ਗਰਾਊਂਡ ਤੋਂ ਬਾਹਰ, ਜਿਹਦੀ ਕੋਈ ਡਿਊਟੀ ਨਹੀਂ ਪਲੀਜ਼ ਗਰਾਊਂਡ ਤੋਂ ਬਾਹਰ। 31 ਤਰੀਕ ਨੂੰ ਤਾਰੀ ਨਸਰਾਲੇ ਵੱਲੋਂ ਵੀ ਕਹਿੰਦੇ ਦੀਪੇ ਖਾਈ ਵਾਲੇ ਨੂੰ ਬੁਲਟ ਮੋਟਰਸਾਈਕਲ ਦੇ ਮਾਨ ਸਨਮਾਨ ਬਖਸ਼ੇ ਜਾਣਗੇ। ਉੱਥੇ ਸੰਦੀਪ ਕੁਰੜ ਨੂੰ
ਅਲਟੋ ਗੱਡੀ ਤੇਰੇ ਭੀਮ ਮਾਣੂਕੇ ਵਾਲੇ ਨੂੰ ਕਹਿੰਦੇ ਸੁਰਤ ਗੱਡੀ ਦਿੱਤੀ ਜਾਵੇਗੀ ਕਹਿੰਦੇ ਰੌਂਦੇ ਦੇ ਕੱਪ ਤੇ ਭੀਮ ਮਾਣੂਕੇ ਵਾਲੇ ਦਾ ਸੁਰਤ ਗੱਡੀ ਨਾਲ ਮਾਨ ਸਨਮਾਨ ਆ ਦੋਨੇ ਟੀਮਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਤਿਆਰ ਹੋ ਕੇ ਪ੍ਰਬੰਧਕਾਂ ਨੂੰ ਬੇਨਤੀ ਆ ਕਿ ਮੈਚ ਸ਼ੁਰੂ ਕਰਵਾ ਦਿਓ ਸਾਡੇ ਜੋ ਮਹਿਮਾਨ ਨੇ ਉਹਨਾਂ ਨੇ ਦਰਸ਼ਕਾਂ ਦੀ ਦਿਲ ਤੇ ਜਵਾਨ ਕੀਤੀ ਹੈ ਲਾਈਨ ਅਪ ਕੈਸਾ ਕਰਦਾ ਜੀ ਮੈਚ ਸ਼ੁਰੂ ਕਰਵਾਇਆ ਜਾਵੇ ਪਗਾ ਕੇ ਜਾਓ ਪਲੀਜ਼ ਹੁਣ ਮੈਚ ਬਾਬਾ ਜੀ ਪ੍ਰਦੀਪ ਪ੍ਰਧਾਨ ਜਾਇਓ ਸਾਡੇ ਵਿੱਚ ਗੁਰਮੇਲ ਸਿੰਘ ਜੀ ਨੌ ਤਰਾਣੀ ਜੋ ਪ੍ਰਧਾਨ ਨੇ ਟਰੱਕ ਯੂਨੀਅਨ ਮਲੇਰਕੋਟਲਾ ਦੇ ਤੇ ਬਈ ਬਈ ਨਾ ਕਰੋ ਇਹ ਕੰਮ ਨਾ ਕਰੋ ਕੇਐਸ ਚਾਰ ਵਾਲਾ ਤੇ ਹਾਕਮ ਸਿੰਘ ਜੀ ਚੱਕ ਸੀਨੀਅਰ ਅਕਾਲੀ ਲੀਡਰ ਉਹ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਬਹੁਤ ਹੀ ਰਝੇਵੇਂ ਭਰੇ ਸਮੇਂ ਦੇ ਵਿੱਚੋਂ ਉਹਨਾਂ ਨੇ ਸਾਡੇ ਲਈ ਸਮਾਂ ਕੱਢਿਆ ਅਸੀਂ ਉਹਨਾਂ ਦੇ ਰਿਣੀ ਰਹਾਂਗੇ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਉਹ ਜਾਲ ਵਾਲਿਆ ਉੱਧਰ ਵੀ ਜਾਲ ਬੰਨਦੇ ਉਹ ਖੱਟੀ ਸ਼ਰਟ ਵਾਲਾ ਜਾਲ ਲਈ ਖੜਾ ਹੈ ਤੇ ਜੇ ਉਹਨੇ ਹੱਥ ਛੱਡਤੇ ਤਾਂ ਕੰਮ ਹੋ ਜੂ ਜਾਲ ਵਾਲਾ ਮੇਰਾ ਵੀਰ ਪ੍ਰਬੰਧਕ ਖਾਲਸਾ ਜੀ ਉਧਰ ਜਾਲ ਵਾਲੇ ਨੂੰ ਜਾਂਦਾ ਆਪ ਹੀ ਦੋ ਜਣਿਆਂ ਨੂੰ ਰੱਸੀਆਂ ਦੇ ਕੇ ਉਹ ਬਹਿ ਜਾਓ ਐ ਨਾ ਕਰੋ ਯਾਰ ਹੁਣ ਤੁਸੀਂ ਟਿਕਦੇ ਨੀ ਲੈ ਉਹ ਵੀਰੇ ਹੁਣ ਮੈਚ ਵੇਖ ਲਓ ਦੇਖੋ ਜੀ ਜੋ ਜਾਲ ਦੇ ਅੱਗੇ ਨਹੀਂ ਬੈਠਣਾ ਕਿਸੇ ਨੇ ਸਾਡਾ ਅਨੁਸ਼ਾਸਨ ਭੰਗ ਹੋ ਜੂ ਅਸੀਂ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਾਲ ਦੇ ਪਿੱਛੇ ਪਿੱਛੇ ਬੰਦਿਆਂ ਨੂੰ ਰਹਿਣਾ ਚਾਹੀਦਾ ਵੀਰੇ ਬਹਿ ਜਾਓ ਸਾਡੇ ਆ ਤਰਸੇਮ ਸਿੰਘ ਜੀ ਹੁਣ ਤੇ ਰਾਜਵਿੰਦਰ ਹੋਣੀ ਸਾਡੇ ਹੌਲਦਾਰ ਸਾਹਿਬ ਫਿਰਦੇ ਨੇ ਸਾਡੇ ਵੀਰ ਨੇ ਇਹਨਾਂ ਦੀ ਡਿਊਟੀ ਨੂੰ ਸਮਝੋ ਸਾਡੀ ਮਜਬੂਰੀ ਆ ਦਰਸ਼ਕ ਵੀਰੋ ਸਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੇ ਹੜ ਦੇ ਰੂਪ ਦੇ ਵਿੱਚ ਸਾਡੇ ਸਮਰੂਪ ਰੂਪ ਹੋਏ ਹੋ ਅਸੀਂ ਤੁਹਾਡੇ ਰਿਣੀ ਰਹਾਂਗੇ ਸਾਰੀ ਜ਼ਿੰਦਗੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਖੇਡਾਂ ਦੇਖੋ ਕਲੱਬ ਦੇ ਸਾਡਾ ਵੀ ਮਾਨ ਖੁਸ਼ ਹੋਊ ਤੇ ਤੁਹਾਡਾ ਵੀ ਹੋਊ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਸਟੇਜ ਦੇ ਅੱਗੇ ਖੜੇ ਨੇ ਉਹਨਾਂ ਨੂੰ ਬੇਨਤੀ ਆ ਰਪਿੰਦਰ ਵੀ ਥੋੜਾ ਮੋਟਾ ਇੱਧਰ ਉੱਧਰ ਹੋ ਜਾਓ ਨਹੀਂ ਬਾਈ ਨੇ ਮੈਂ ਚੂਚੇ ਵਾਲਾ ਸੁਣਾ ਕੇ ਜਾਉਂ ਬਾਈ ਸੁਣਾ ਕੇ ਜਾਉਂ ਲੋਪੋ ਵਾਲਾ ਵੀ ਪੰਜਾਬ ਸੁਣਾ ਕੇ ਜਾਉ ਸਾਰਾ ਕੁਝ ਸੁਣਾ ਕੇ ਜਾਵਾਂਗੇ ਹਨੇਰਾ ਕਰਕੇ ਜਾਵਾਂਗੇ ਟੈਨਸ਼ਨ ਨਾ ਲਓ ਬੇਨਤੀ ਹੈ ਵੀ ਆਪਾਂ ਮੈਚ ਸ਼ੁਰੂ ਕਰਵਾ ਦਈਏ ਮੈਚ ਜਲਦੀ ਦੇ ਨਾਲ ਜਿਹੜਾ ਆਪਾਂ ਗਰਾਊਂਡ ਦੇ ਵਿੱਚ ਸ਼ੁਰੂ ਕਰਵਾ ਦਈਏ 2 ਮਈ ਨੂੰ ਨਕੋਦਰ ਦੇ ਵਿੱਚ ਕਹਿੰਦੇ ਵੱਡਾ ਕਬੱਡੀ ਦਾ ਕੱਪ ਹੋ ਰਿਹਾ ਜਿੱਥੇ 8 ਟੀਮਾਂ ਕਬੱਡੀ ਆਲ ਓਪਨ ਦੀਆਂ ਭਾਗ ਲੈਣਗੀਆਂ ਦੇ ਵਿੱਚ ਇਸ ਪਿੰਡੂ ਖੇਡ ਮੇਲੇ ਦੇ ਵਿੱਚ ਸਾਡੇ ਇਜ਼ਹਾਰ ਆਲਮ ਜੀ ਦੇ ਜੋ ਦਫ਼ਤਰ ਦੇ ਪੀਏ ਨੇ ਸਰਦਾਰ ਤਲਵਿੰਦਰ ਸਿੰਘ ਜੀ ਬਦਨਾਮਾ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਮੈਂ ਗੁਰੀ ਪਲੇਅਰ ਦੀ ਕਹਿੰਦੇ ਕਬੱਡੀ ਪਾ ਚੁੱਕੀ ਹੈ ਮੇਰੇ ਵੀਰੋ ਵਾਹ ਧਿਆਨਾਂ ਤੇ ਗੁਰੀ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਇੱਕ ਲਲਕਾਰਾ ਮਾਰ ਦਿਓ ਪਤਾ ਲੱਗ ਜਾਏ ਸੈਮੀ ਫਾਈਨਲ ਸ਼ੁਰੂ ਆ ਏ ਆ ਕੁਠਾਲੇ ਦਾ ਕਬੱਡੀ ਕੱਪ ਮੇਰੇ ਪੰਜਾਬੀ ਵੀਰੋ ਆਪਾਂ ਜੀ ਸਾਡੇ ਇਹ ਆ ਨੌਜਵਾਨ ਕਹਿੰਦੇ ਬਣੀ ਸਮਾਣੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ ਨਾਲੇ ਹੈਗੀ ਵੱਡੇ ਦਿਲ ਦੀ ਯਾਰ ਪੈਰ ਪੱਟਣ ਗੱਭਰੂ ਧਰਤੀ ਹਿਲਦੀ ਰੁੜਕੀ ਦੀ ਧਰਤੀ ਟਾਈਗਰ ਗੁਰਜੀਤ ਸਿੰਘ ਵਾਹ 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 ਸੋਹਣੀ ਖੇਡ ਕਬੱਡੀ ਦੀ ਮੇਰੇ ਵੀਰੋ ਬਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਰੇਰ ਨਾਲ ਪੂਰੀ ਰੜਕ ਰਹੀ ਖੇਡ ਕੌਡੀ ਵਿੱਚ ਵੱਡਾ ਕਹਿੰਦੇ ਨਾਮ ਸੁਲਤਾਨ ਦਾ ਚਹੇਤਾ ਏ ਤਾਂ ਵੀ ਕਹਿੰਦੇ ਸਾਰੇ ਜਹਾਨ ਦਾ ਇਹ ਜਹਾਨ ਦਾ ਚਹੇਤਾ ਸੁਲਤਾਨ ਪ੍ਰੀਤਮ ਭਰਵਾਨ ਦਾ ਪੁੱਤਰ ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ ਇਸ ਟੌਪ ਲਾਈਨ ਕਹਿੰਦੇ ਕੰਪਿਊਟਰ ਤੇ ਚੱਲਦੀ ਹੈ ਗਗਨਦੀਪ ਸੱਤੀ ਤੇ ਸੁਲਤਾਨ ਦੇ ਦਰਮਿਆਨ ਮੁਕਾਬਲਾ ਹੈ ਆਓ ਵੇਖੋ ਸੁਲਤਾਨ ਲੈ ਸੁਲਤਾਨ ਇਸ ਲਈ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਰਿੰਕੂ ਦਾ ਕਹਿੰਦੇ ਝਨੇੜੀ ਪਿੰਡ ਆ ਮੇਰੇ ਪੰਜਾਬੀ ਵੀਰੋ ਉਧਰ ਸਾਡੇ ਵੀਰ ਕਹਿੰਦੇ ਆਪੋ ਆਪਣੇ ਫੋਨਾਂ ਦੇ ਵਿੱਚ ਵੀਡੀਓ ਬਣਾ ਰਹੇ ਹੈ ਵੀ ਸਿਰੇ ਦਾ ਜਿਹੜਾ ਮੈਚ ਕੁਠਾਲੇ ਦੇ ਕਬੱਡੀ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਜਿਹੜਾ ਖੇਡਿਆ ਜਾ ਰਿਹਾ ਹੈ ਸਾਹਮਣੇ 4 ਜਾਫੀ ਜ਼ਿਲ੍ਹੇ ਜਲੰਧਰ ਦੇ ਰੁੜਕੀ ਪਿੰਡ ਦਾ ਗੋਗੋ ਹੈ ਇੱਕ ਪਾਸੇ ਕਹਿੰਦੇ 3 ਜਾਫੀ ਜ਼ਿਲ੍ਹੇ ਲੁਧਿਆਣੇ ਦੇ ਮੋਟਾ ਕੌਕੇ ਵਾਲਾ ਤੇ ਸਲੀਮ ਤੇ ਅਮਨਾ ਕੌਕਿਆਂ ਦਾ ਮੇਰੇ ਵੀਰੋ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ 1 ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਇਹ ਹੈ ਕੌਕਿਆਂ ਵਾਲਾ ਅਮਨਾ ਨੌਜਵਾਨ ਗੱਭਰੂ ਅਗਲੀ ਰੇਡ ਕਿਸ ਨੌਜਵਾਨ ਦੀ ਆ ਜਿਹੜਾ ਕਹਿੰਦੇ ਬੰਬੇ ਦੇ ਵਿੱਚ ਵੀ ਵਧੀਆ ਖੇਡਿਆ ਤੇ ਜਿਹੜਾ ਪਿਛਲੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਤਕੜਾ ਖੇਡ ਕੇ ਆਇਆ ਇਹ ਗੁਰੀ ਧਲੇਰ ਵਾਲਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 4 ਜਾਫੀ
एक पासे रणिया ते सती दोनों सगे भरा कमान परिवार दे विचकार ध्याना ते दर्शन पर आ नौजवान कहिंदे रण सिंह रणिया तिड़वे दी धरती दा मेरे पंजाबी वीरो मुकाबला सख्त दोनों खिडारियों दे दरमियान ते पॉइंट बाबा रोडू कबड्डी क्लब कौंकियां दी टीम दे हिस्से जा जुड़िया है। पॉइंट इस नौजवान गभरू धावी दे हिस्से तिड़वे दी टीम लई खेडदा है कि कहिंदे रेडर टिकाने दा ਵਿੱਚ ਮੈਦਾਨ ਦੇ ਧਾਵਾ ਬੋਲਦਾ ਬੰਨੀ ਪਿੰਡ ਸਮਾਣੇ ਦਾ ਵਿੱਚ ਮੈਦਾਨ ਦੇ ਧਾਵਾ ਬੋਲਦਾ ਦੇਖੋ ਕੰਨੀ ਪਿੰਡ ਸਮਾਣੇ ਦਾ ਲਾ ਬੰਨੀ ਸਮਾਣੇ ਵਾਲਾ ਹੈ ਗੁਰਜੀਤ ਸਿੰਘ ਜੋਗੋ ਆ ਮੁੰਡਾ ਹੱਥ ਕਰਾਉਂਦਾ ਰੇਡੇ ਢਾਉਂਦਾ ਦਾ ਬੜੇ ਹਿਲਾਉਂਦਾ ਇਹਦਾ ਜ਼ਿਲ੍ਹਾ ਲੁਧਿਆਣਾ ਕਹਿੰਦੇ ਕਿਉਂਕਿ ਆ ਟਿਕਾਣਾ ਜਿੱਥੋਂ ਦਾ ਵੀਤ ਲਿਖਦਾ ਏ ਸਿਰੇ ਦਾ ਉਹ ਗਾਣਾ ਇਹਦਾ ਜ਼ਿਲ੍ਹਾ ਲੁਧਿਆਣਾ ਕਹਿੰਦੇ ਕਿਉਂਕਿ ਆ ਟਿਕਾਣਾ ਜਿੱਥੋਂ ਦਾ ਵੀਤ ਲਿਖਦਾ ਸਿਰੇ ਦਾ ਉਹ ਗਾਣਾ ਸਿਰੇ ਦਾ ਗਾਣਾ ਤੇ ਉਧਰ ਪ੍ਰਦੀਪ ਵੀ ਕਹਿੰਦੇ ਸਿਰੇ ਦੇ ਕੈਮਰੇ ਦੇ ਨਾਲ ਫੋਟੋਆਂ ਖਿੱਚ ਰਿਹਾ ਹੈ ਐਬਸਪੋਰਟ ਕਬੱਡੀ ਕਲੱਬ ਵਾਲਾ ਨੇ ਮਾਣ ਬਖਸ਼ਿਆ ਹੈ 3.5 ਲੱਖ ਦਾ ਕੈਮਰਾ ਹੈ ਲਓ ਵੇਖੋ ਸੁਲਤਾਨ ਮੇਰੇ ਪੰਜਾਬੀ ਵੀਰੋ ਇਸ ਵੇਲੇ ਪ੍ਰੀਤਮ ਭਲਵਾਨ ਦਾ ਪੁੱਤਰ ਦਿੱਲੀ ਦਾ ਵੀਰ ਪਟਿਆਲੇ ਦੀ ਧਰਤੀ ਦਾ ਨੌਜਵਾਨ ਜੰਮਿਆ ਪਲਿਆ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਤੇ ਚਾਰਾਂ ਦੇ ਵਿੱਚੋਂ ਵੇਖੀਏ ਇਹ ਹੈ ਧਿਆਨ ਦਿੜਦੇ ਵਾਲਾ ਇਸ ਵੇਲੇ ਜੱਫਾ ਨਹੀਂ ਲਾ ਸਕਿਆ ਹੈ ਤੇ ਨੌਜਵਾਨ ਸੁਲਤਾਨ ਕਬੱਡੀ ਪਾ ਕੇ ਪੜ ਲੈ ਕੇ ਬਾਹਰ ਜਾ ਰਿਹਾ ਹੈ ਢੇੜੀ ਵਾਲੇ ਨੇ ਕਹਿੰਦੇ ਅਗਲੀ ਕਬੱਡੀ ਪਾ ਦਿੱਤੀ ਉਧਰ ਅਜੀਤ ਤੋਂ ਸਾਡੇ ਜਗਪਾਲ ਸਿੰਘ ਜੀ ਸੰਧੂ ਰਜੇਸ਼ ਰਿਸ਼ੀ ਜੀ ਜਗਬਾਣੀ ਤੋਂ ਸ਼ਿੰਗਾਰਾ ਸਿੰਘ ਜੀ ਰਣੂ ਹੈ ਦੇਸ਼ ਸੇਵਕ ਤੋਂ ਜੱਸੀ ਚੀਮਾ ਜੀ ਜਗਬਾਣੀ ਤੋਂ ਕੁਲਵਿੰਦਰ ਕਲਿਆਣ ਹੋਣੀ ਵੀਡੀਓ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਮੋਟਾ ਕੌਂਕਿਆਂ ਦਾ ਕਿ ਰੱਬ ਆਪੇ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਾ ਬੇਨੀਤ ਗੁੜੇ ਮੈਂ ਤਾਜ ਬਣਾਤਾ ਤੇਰੇ ਲਈ ਵੇਚ ਦਿੱਤੇ ਸਰਗੀਤ ਗੁੜੇ ਇਹ ਕੌਂਕੇ ਕਲਾ ਪਿੰਡ ਹੈ ਕਿ ਖੇੜੇ ਮੈਦਾਨਾਂ ਵਿੱਚ ਪੂਰਾ ਹੈ ਵੇੜ ਦਾ ਸਿਰੇ ਦੀਆਂ ਰੇਡਾਂ ਪਾਉਂਦਾ ਗੁਰੀ ਪਿੰਡ ਹੈ ਧਲੇਰ ਦਾ ਸਿਰੇ ਦੀਆਂ ਰੇਡਾਂ ਪਾਉਂਦਾ ਗੁਰੀ ਪਿੰਡ ਹੈ ਧਲੇਰ ਦਾ ਸਿਰੇ ਦੀਆਂ ਕਬੱਡੀਆਂ ਪਾਉਣ ਵਾਲਾ ਕਹਿੰਦੇ ਗੁਰੀ ਧਲੇਰ ਵਾਲਾ ਨਿਊਜ਼ੀਲੈਂਡ ਤੋਂ ਥੋੜੇ ਦਿਨ ਪਹਿਲਾਂ ਹੀ ਪੁੱਜਿਆ ਨੌਜਵਾਨ ਤੇ ਪੁਆਇੰਟ ਇਸ ਲਈ ਗੁਰੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਬਈ ਸਮਾਣੇ ਵਾਲਾ ਮੇਰੇ ਵੀਰ ਇਸ ਸਾਲ ਕਹਿੰਦੇ ਖੇਡੂ ਐਬਸਪੋਰਟ ਕਬੱਡੀ ਕਲੱਬ ਦੇ ਲਈ ਨੌਜਵਾਨ ਖਿਡਾਰੀ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਇਹ ਸਮਾਣੇ ਵਾਲਾ ਬਣੀ ਮੇਰੇ ਵੀਰੋ ਰੁੜਕੀ ਦੇ ਗੋਗੋ ਦੀ ਕਹਿੰਦੇ ਗੱਲ ਵੱਖਰੀ ਹੈ ਦੁਆਬੇ ਦੀ ਧਰਤੀ ਤੋਂ ਅੱਜ ਕੁਠਾਲੇ ਦੇ ਵਿੱਚ ਪੁੱਜਿਆ ਹੋਇਆ ਹੈ ਪਰ ਦੂਜੇ ਪਾਸੇ ਅਮਨਾ ਕੌਂਕਿਆਂ ਵਾਲਾ ਇਹ ਹੈ ਅਮਨਾ ਤੇ ਦੂਜੇ ਪਾਸੇ ਕਹਿੰਦੇ ਸਮਾਣੇ ਵਾਲਾ ਬਣੀ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਪਰ ਧੱਕ ਕੇ ਨੌਜਵਾਨ ਨੇ ਆਪਣੇ ਪਾੜੇ ਦੇ ਵਿੱਚ ਵਾੜ ਦਿੱਤਾ ਹੈ ਤੇ ਪੁਆਇੰਟ ਦਿੜਵਾ ਮੰਡੀ ਦੀ ਟੀਮ ਦੇ ਲਈ ਜੋੜ ਦਿੱਤਾ ਹੈ ਚੱਲ ਵੀ ਸੁਲਤਾਨ ਅੱਜ ਕਹਿੰਦੇ ਬੱਚਾ ਬੱਚੀ ਦੀ ਜ਼ਬਾਨ ਤੇ ਨਾਂ ਹੈ ਸੁਲਤਾਨ ਦਾ ਇਸ ਵੇਲੇ ਸੁਲਤਾਨ ਲੋਟੋ ਦੀ ਨਿੱਕਰ ਪਾਈ ਹੋਈ ਹੈ ਇਸ ਵੇਲੇ ਖਣਵਾਇਆ ਹੋਇਆ ਟੈਟੂ ਵਿਚਕਾਰ ਕਹਿੰਦੇ ਸਿੱਖੀ ਖੰਡੇ ਤਿੱਖੀ ਦਾ ਚਿੰਨ ਮੇਰੇ ਵੀਰੋ ਖੰਡਾ ਹੈ ਮੈਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਵੱਖਰੀ ਜੀ ਕਟਿੰਗ ਕਰਵਾਈ ਹੋਈ ਹੈ ਇਹ ਹੈ ਸੁਲਤਾਨ ਨੌਜਵਾਨ ਗਭਰੂ ਸ਼ਮਸ਼ਪੁਰ ਦੀ ਧਰਤੀ ਦਾ ਪ੍ਰੀਤਮ ਭਲਵਾਨ ਦਾ ਪੁੱਤਰ ਪਾਉਂਦਾ ਹੋਇਆ ਕਬੱਡੀ ਤੇ ਦੂਜੇ ਪਾਸੇ ਕਸ਼ਮੀਰਾ ਘਰਾਚੋ ਵਾਲਾ ਫੈਸਲਾ ਕਰ ਰਿਹਾ ਹੈ ਵੀ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਇੱਕ ਪਾਸੇ ਲੱਕੀ ਸਿੱਧ ਮੈਂ ਤੇ ਦੂਜੇ ਪਾਸੇ ਕਸ਼ਮੀਰਾ ਘਰਾਚੋ ਹੈ ਉਧਰ ਰਫੀ ਸਟੂਡੀਓ ਵਾਲੇ ਵੀਰ ਦਾ ਵੀ ਧੰਨਵਾਦ ਹੈ ਇੱਕ ਇੱਕ ਕਬੱਡੀ ਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਹੈ ਤੇ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੀ ਹੈ ਵੀ ਰੁੜਕੀ ਵਾਲਾ ਟਾਈਗਰ ਗੋਗੋ ਕਹਿੰਦੇ ਇਸ ਵੇਲੇ ਕੋਸ਼ਿਸ਼ ਕਰ ਰਿਹਾ ਹੈ ਤੇ ਪੁਆਇੰਟ ਜਿਹੜਾ ਇਸ ਵੇਲੇ ਨੌਜਵਾਨ ਰਿੰਕੂ ਝਨੇੜੀ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਹ ਪਹਿਲਾ ਸੈਮੀਫਾਈਨਲ ਮੈਚ ਕੁਠਾਲੇ ਦੇ ਕਬੱਡੀ ਕੱਪ ਦਾ ਮੇਰੇ ਵੀਰੋ ਪੂਰੀ ਧਲੇਰ ਵਾਲਾ ਗਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਣੀਏ ਦੇ ਜੱਫਿਆਂ ਤੇ ਕਹਿੰਦੇ ਐਸ਼ਵਰਿਆ ਰਾਜ ਨੇ ਭੰਗੜਾ ਪਾਇਆ ਨਾਲ ਦਰਸ਼ਨ ਧਿਆਨ ਤੇ ਆਓ ਵੇਖੋ ਸਾਹਮਣੇ ਗੁਰੀ ਧਲੇਰ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਵਿੱਚ 11 ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਥੱਲੇ ਤਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਧਾਰੀ ਸਰੀਰ ਹੈ ਜ਼ੋਰਦਾਰ ਸਰੀਰ ਬੰਨੀ ਸਮਾਣੇ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੰਧਿਆ ਹੋਇਆ ਲਓ ਪਈ ਹੋਈ ਕਬੱਡੀ ਤੇ ਕਹਿੰਦੇ ਮੋਟਾ ਕੌਂਕਿਆਂ ਵਾਲਾ ਮਨਜਿੰਦਰ ਸਿੰਘ ਨੌਜਵਾਨ ਨਿੱਕਾ ਉਰਫ ਮੋਟਾ ਕੌਂਕਿਆਂ ਦਾ ਪੂਰੀ ਕੋਸ਼ਿਸ਼ ਕਰ ਰਿਹਾ ਜਿੱਥੋਂ ਦੇ ਕਹਿੰਦੇ ਬਾਜ ਤਲਵਾਰ ਸੋਨੀ ਜੱਗੇ ਜਗਦੀਪ ਸੰਦੀਪ ਉਹਨਾਂ ਦੀ ਗੱਲ ਹੈ ਅੱਜ ਕਹਿੰਦੇ ਇੱਕ ਹੋਰ ਟਰੈਕਟਰ ਲਖਵੀਰ ਸਿੰਘ ਜੀ ਗਰੇਵਾਲ ਕਨੇਡਾ ਹੈ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਤੇ ਸੰਦੀਪ ਸਿੰਘ ਜੀ ਖੱਟੜਾ ਕਨੇਡਾ ਉਹਨਾਂ ਵੱਲੋਂ ਇੱਕ ਹੋਰ ਟਰੈਕਟਰ ਹੈ ਸਵਰਗਵਾਸੀ ਮਾਸਟਰ ਕਮਲਜੀਤ ਸਿੰਘ ਜੀ ਉਹਨਾਂ ਵੱਲੋਂ ਫਸਟ ਪ੍ਰਾਈਜ਼ ਉਹਨਾਂ ਦੇ ਪਰਿਵਾਰ ਵੱਲੋਂ ਜਗਜੀਤ ਸਿੰਘ ਜੀ ਚਾਲ ਕਨੇਡਾ ਸਰਪੰਚ ਰਘਵੀਰ ਸਿੰਘ ਜੀ ਵੀਰਾ ਸੰਧੂ ਜੀ ਲਵਲੀ ਨੰਬਰਦਾਰ ਗਗਨਦੀਪ ਪ੍ਰਦੀਪ ਭਲਵਾਨ ਉਹਨਾਂ ਦਾ ਸਮੁੱਚੀ ਜੋਗੀ ਪੀਰ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਹਾਕੀ ਤੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੀ ਇਹ ਸਪੋਰਟਸ ਕਲੱਬ ਔਰ ਅੱਜ ਕਹਿੰਦੇ ਵੱਡੀਆਂ ਰੌਣਕਾਂ ਕੁਠਾਰੇ ਦੇ ਵਿੱਚ ਲੱਗੀਆਂ ਹੋਈਆਂ ਸੁਲਤਾਨ ਸ਼ਮਸ਼ਪੁਰੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰਿੰਕੂ ਝਨੇੜੀ ਵਾਲਾ ਕਬੱਡੀ ਪਾ ਰਿਹਾ ਰਿੰਕੂ ਝਨੇੜੀ ਦੀ ਪਈ ਹੋਈ ਕਬੱਡੀ ਮੇਰੇ ਪੰਜਾਬੀ ਵੀਰੋ
एक पासे कहिंदे सिद्धू परिवार का अमना है, दूजे पासे सेखों परिवार का निका है। हुण वेखना भी सांबला रंगा ते रुड़की वाला गोगो इहनू टाइगर कहिंदे है, जिहड़ा कनेडा अमरीका इंग्लैंड के खेड मैदानां दे विच तकड़ा खेडदा है। लो मेरे पंजाबी वीरो इसलिए पॉइंट रिंकू संदीप खड़ा कहता भी जेड़ा सुल्तान नु जफा लावेगा 100 रुपए दे मान सम्मान दिते जाणगे। गुरी तलेर वाला कबड्डी पाउंदा होया लो, गुरी तलेर इसलिए अगली रेड पाउण दे लई खेड मैदान दे विच वाधा होया है कि कम कर सिखदे आ, फटे फुटे खिचदे आ, जागदे आ, हले नींदा कच्चियां, नवे नवे आए आ पंजाब तो ते हौली हौली करांगे तरक्कियां, नवे नवे आए आ पंजाब तो हौली हौली करांगे तरक्कियां। उधर कहते नौजवान रणिया तड़वे वाला इस वे जे ते जफे का नियारा आ रहा है, एक ललकारा जरूर मार के दा दो मेरे पंजाबी जीरो, एन सिरे का मैच जिहड़ा खेड मैदान दे विच खेडा जा रहा है। तो रणिया तड़वे वाला कहते अज के टाइम का महंगा खिडारी आखिए तो कोई अथकथनी नहीं होगी, क्योंकि जेडे हॉलीवुड है मेरे जीरो अमिताभ बच्चन अभिषेक बच्चन का परिवार इस नौजवान के पिछे पिछे है। भी रणिया जयपुर पुज जा, क्योंकि जयपुर पिंक पैथर की टीम के लिए नौजवान गभरू यह खेडदा, पर दूजे पासे समाणे वाला बनी कबड्डी पा के पहाड़ लैके वापस जाता हुआ अपनी टीम के लिए। जेड़ा बनी नू जफा लाऊ निर्मल सिंह जी नंबरदार वालों कहते 500 दिता जाना है, निर्मल सिंह जी नंबरदार साहब वालों 500 होना है। जेड़ा बनी नू जफा लाऊ लो सुल्तान मेरे पंजाबी वीरों कबड्डी पाने के लिए खेड मैदान वाधा होया है। यह है सुल्तान नौजवान गभरू पाँदा होया दिड़वे की टीम से कबड्डी, तो गगनदीप सिंह सत्ती जफा नहीं ला सकया है कि सूरमा कदे नहीं सह सकता दर तो मिलिया हारां नूं, जौरी परखे सोने नूं भी समा परखदा यारां नूं, जौरी परखे सोने नूं ते समा परखदा यारां नूं। लो पहिवे लिंकू झनेरी वाले दी कबड्डी है मेरे वीरो, अमन कौकिया वाले ने कहिंदे इस सीजन दे विच अत करवाई है, एन सिरे दी कहिंदे खेड खेडी है। लो अमन कौकिया वाला पर की फैसला नौजवान अंपायर का भी, ये पॉइंट जिहड़ा रिंकू झनेरी वाले ने दिड़बे की टीम के लिए जोड़ दिता। दिड़बा पिंड घुमाणा का दिड़बे का पिपल मशहूर है, दिड़बे का कप मशहूर है, पर आ नौजवान ने कहिंदे शमशपुर नूं मशहूर किया है, अपने बाप की खेडी हुई कबड्डी होर चार जन लाए है। कहिंदे एक बाप ने कबड्डी खेडी होवे ते फिर उहदे पुत्त दो उठण ते एन सिरा कर दिण ते कहिंदे उस बाप का हौसला है, एन छाती जिहड़ी चौड़ी हो जाती है मेरे वीरो। लो सुल्तान ते ध्याना, सुल्तान ते ध्याना पॉइंट जिहड़ा सुल्तान शमशपुर अपनी टीम के उससे जोड़ता होया बनी समाणे वाला अगली कबड्डी पाउण दे लई फिर खेड मैदान दे विच वाधा होया। उच्चा लम्मा कद वड़ी जान है भरी ये नौजवान जिवें कहिंदे गुरप्रीत नौजवान मेरे वीरो रेडा पाउंदा बोरजेरी वाला, उधर नौजवान सरपंच भी पुज्जा होया है। ये भी नौजवान कहिंदे बड़िया तगड़िया कबड्डिया पाउंदा पंजाब दे कबड्डी मेलिया दे विच, ये है समाणे वाला बनी ते दूजे पासे कौकियां वाला अमना इस वेले कोशिश कर रहा ते पॉइंट बनी समाणे वाला अपनी टीम के लिए जोड़ता होया है। पॉइंट धावी के हिस्से जा जुड़ा है, दर्शक एक एक कबड्डी का एन पूरा कहते स्वाद लै रहे हैं, कोई बैठ के ते कोई खड़ के मेरे वीरो। चलते हुए कुठाले दे विच मैच बाबा जोगी पीर कबड्डी ते हाकी क्लब नूं बहुत बहुत मुबारकबाद अज दे इस वड्डे टूरनामेंट की। टीमां चाहे कहिंदे थोड़ियां पुजियां पर जिन्नियां कि पुजियां सिरे दियां टीमां कहिंदे बल्ले 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 हो गई